ਦੇਖੋ ਜੀ, ਚੰਨੀ ਸਾਹਿਬ ਨੂੰ ਉੱਥੇ ਪੋਸਟਿੰਗ ਹੋਇਆ ਸਿਰਫ 3 ਕੁ ਮਹੀਨੇ ਦਾ ਸਮਾਂ ਹੋਇਆ। ਜੋ ਸਟਾਫ ਉੱਥੇ ਕੰਮ ਕਰ ਰਿਹਾ ਸੀਗਾ ਉਹਨਾਂ ਦੇ ਵਿੱਚੋਂ ਇੱਕ ਕਰਮਚਾਰੀ ਕਨਵੋ ਹੈ, ਉਹਦੇ ਨਾਲ ਉਹਨਾਂ ਦੀ ਕੋਈ ਤਲਕ ਕਲਾਮੀ ਹੋਈ ਜਾਂ ਕੰਮ ਨੂੰ ਲੈ ਕੇ ਉਹਨੂੰ ਕੁਛ ਕਿਹਾ ਗਿਆ ਤਾਂ ਉਹਨੇ ਕੰਮ ਕਰਨ ਤੋਂ ਜਦੋਂ ਇਨਕਾਰ ਕੀਤਾ ਤਾਂ ਉਹਨਾਂ ਨੇ ਉਹਦੇ ਖਿਲਾਫ਼ ਲਿਖ ਕੇ ਡੀ ਸਾਹਿਬ ਨੂੰ ਭੇਜਤਾ। ਡੀ ਸਾਹਿਬ ਨੇ ਉਹ ਰਿਪੋਰਟ ਦੇ ਉੱਪਰ ਐਕਸ਼ਨ ਲੈਂਦੇ ਹੋਏ ਉਹਨੂੰ ਸਸਪੈਂਡ ਕਰਤਾ। ਅਤੇ ਇਹ ਜਿਹੜਾ ਕੇਸ ਬਣਾਇਆ ਗਿਆ ਇੱਕ ਤਬਦੀਲ ਮਲਕੀਅਤ ਦੀ ਰਜਿਸਟਰੀ ਦਾ, ਜਿਹਦੇ ਵਿੱਚ ਗੌਰਮੈਂਟ ਵੱਲੋਂ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਵੀ ਮਾਫ਼ ਹੈ। ਉਹਦੇ ਵਿੱਚ ਇਹ ਕਿਹਾ ਗਿਆ ਕਿ ਚੰਨੀ ਸਾਹਿਬ ਨੇ 20,000 ਰੁਪਏ ਦੀ ਡਿਮਾਂਡ ਕੀਤੀ। ਜੇ ਸਾਡੇ ਪ੍ਰਧਾਨ ਜੀ ਦੇ ਖਿਲਾਫ਼ ਇੱਕ ਵੀ ਸਬੂਤ ਮਿਲਦਾ ਅਸੀਂ ਉਹਨਾਂ ਦੇ ਨਾਲ ਬਿਲਕੁਲ ਨਹੀਂ ਹੈਗੇ। ਅਸੀਂ ਸਰਕਾਰ ਦੀ ਜ਼ੀਰੋ ਟੋਲਰੈਂਸ, ਜੋ ਕਰਪਸ਼ਨ ਦੇ ਖਿਲਾਫ਼ ਪੋਲਿਸੀ ਆ, ਉਹਦਾ 100% 200% ਅਸੀਂ ਉਹਦਾ ਸਮਰਥਨ ਕਰਦੇ ਹਾਂ। ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਅਤੇ ਮੈਂ ਆ ਰਵੀ ਸੰਗਰਾਹੁਰ। ਪੰਜਾਬ ਦੇ ਵਿੱਚ ਕੱਲ੍ਹ ਦੀ ਇੱਕ ਵੱਡੀ ਖਬਰ ਇਹ ਸਾਹਮਣੇ ਆਈ ਕਿ ਇੱਕ ਤਹਿਸੀਲਦਾਰ ਨੂੰ 20,000 ਰੁਪਏ ਦੀ ਰਿਸ਼ਵਤ ਦੇ ਕੇਸ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਕਰਪਸ਼ਨ 'ਤੇ ਜ਼ੀਰੋ ਟੋਲਰੈਂਸ ਹੈ ਤਾਂ ਲੋਕ ਇਸ 'ਤੇ ਭਰੋਸਾ ਵੀ ਕਰ ਰਹੇ ਆ, ਪਰ ਅੱਜ ਇੱਥੇ ਤਹਿਸੀਲਦਾਰ ਇਕੱਠੇ ਹੋਏ ਆ। ਮੋਹਾਲੀ ਦੇ ਵਿੱਚ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਪੂਰੀ ਐਸੋਸੀਏਸ਼ਨ ਹੈ ਜਿਹੜੀ ਉਹ ਇਕੱਠੇ ਹੋਏ। ਇੱਕ ਵਾਰ ਤਸਵੀਰ ਪਿੱਛੋਂ ਦਿਖਾਓ। ਔਰ ਦਾਅਵਾ ਹੈ, ਇਸ ਐਸੋਸੀਏਸ਼ਨ ਦੇ ਮੈਂਬਰਾਂ ਦਾ ਦਾਅਵਾ ਹੈ ਕਿ ਇਹ ਇੱਕ ਪਲੋਟਡ ਕੇਸ ਸੀ। ਇਸ ਦੇ ਵਿੱਚ ਸਾਜਿਸ਼ ਦੇ ਤਹਿਤ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਗਿਆ, ਸਾਜਿਸ਼ ਦੇ ਤਹਿਤ ਹੀ ਉਸਨੂੰ ਫਸਾਇਆ ਗਿਆ। ਕਿਉਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਜਿਸ਼ ਸੀ, ਕਿਉਂ ਉਹਨਾਂ ਨੂੰ ਲੱਗਦਾ ਹੈ ਕਿ ਕੇਸ ਪਲੋਟਡ ਸੀ, ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ, ਸਤਿ ਸ਼੍ਰੀ ਅਕਾਲ ਜੀ, ਸਰ ਨਾਮ ਕੀ ਹੈ ਤੁਹਾਡਾ? ਪੁਨੀਤ ਬਾਂਸਲ ਹੈ ਜੀ, ਮੈਂ ਤਹਿਸੀਲਦਾਰ ਮਰਿੰਡਾ। ਸਾਡੇ ਨਾਂ ਬਰਨਾਲਾ ਤੋਂ ਨਾਇਬ ਤਹਿਸੀਲਦਾਰ ਸਾਹਿਬ ਨੇ, ਅੰਮ੍ਰਿਤਸਰ ਤੋਂ ਮੈਡਮ ਅਰਚਨਾ ਨੇ ਨਾਇਬ ਤਹਿਸੀਲਦਾਰ। ਸੋ ਅਸੀਂ, ਤੁਹਾਨੂੰ ਇਹ ਕਿਉਂ ਲੱਗ ਰਿਹਾ ਕਿ ਕੇਸ ਪਲੋਟਡ ਹੈ? ਕਿਉਂਕਿ ਆਮ ਤੌਰ 'ਤੇ ਇਹ ਸੁਣਦੇ ਹਾਂ ਕਿ ਰਿਸ਼ਵਤ ਦੇ ਕੇਸ ਦੇ ਵਿੱਚ ਜ਼ੀਰੋ ਟੋਲਰੈਂਸ ਹੈ, ਸਰਕਾਰ ਕਹਿੰਦੀ ਹੈ ਕਿ ਨਹੀਂ ਲੈਣ ਦੇਣੀ ਰਿਸ਼ਵਤ, ਇੱਥੇ ਮਾਮਲਾ ਰਿਸ਼ਵਤ ਦਾ ਹੀ ਹੈ, ਤੁਹਾਨੂੰ ਕੇਸ ਪਲੋਟਡ ਕਿਉਂ ਲੱਗ ਰਿਹਾ? ਸਾਡੇ ਬਰਨਾਲਾ ਤੋਂ ਸਾਡੇ ਨਾਲ ਅਮਿਤ ਜੀ ਨੇ ਨਾਇਬ ਤਹਿਸੀਲਦਾਰ ਇਸ ਬਾਰੇ ਜ਼ਿਆਦਾ ਜਾਣਨ, ਕਿਉਂਕਿ ਉੱਥੇ ਹੀ ਤਪਾ ਜੋ ਬਰਨਾਲਾ ਡਿਸਟ੍ਰਿਕਟ 'ਚ ਪਹਿਲਾਂ। ਦੱਸੋ ਜੀ ਅਮਿਤ ਜੀ, ਕੀ ਹੋਇਆ ਸੀ ਜੀ ਉਸ ਦਾ? ਦੇਖੋ ਜੀ, ਚੰਨੀ ਸਾਹਿਬ ਨੂੰ ਉੱਥੇ ਪੋਸਟਿੰਗ ਹੋਇਆ ਸਿਰਫ 3 ਕੁ ਮਹੀਨੇ ਦਾ ਸਮਾਂ ਹੋਇਆ, ਠੀਕ ਹੈ ਜੀ? ਅਤੇ ਜਦੋਂ ਤੋਂ ਉਹਨਾਂ ਨੇ ਤਹਿਸੀਲਦਾਰ ਬਤੌਰ ਤਹਿਸੀਲਦਾਰ ਤਪਾ ਜੁਆਇਨ ਕਰਿਆ ਤਾਂ ਉੱਥੇ ਜੋ ਸਟਾਫ ਉੱਥੇ ਕੰਮ ਕਰ ਰਿਹਾ ਸੀਗਾ ਉਹਨਾਂ ਦੇ ਵਿੱਚੋਂ ਇੱਕ ਕਰਮਚਾਰੀ ਕਨਵੋ ਹੈ, ਉਹਦੇ ਨਾਲ ਉਹਨਾਂ ਦੀ ਕੋਈ ਤਲਕ ਕਲਾਮੀ ਹੋਈ ਜਾਂ ਕੰਮ ਨੂੰ ਲੈ ਕੇ ਉਹਨੂੰ ਕੁਛ ਕਿਹਾ ਗਿਆ ਤਾਂ ਉਹਨੇ ਕੰਮ ਕਰਨ ਤੋਂ ਜਦੋਂ ਇਨਕਾਰ ਕੀਤਾ ਤਾਂ ਉਹਨਾਂ ਨੇ ਉਹਦੇ ਖਿਲਾਫ਼ ਲਿਖ ਕੇ ਡੀ ਸਾਹਿਬ ਨੂੰ ਭੇਜਤਾ। ਡੀ ਸਾਹਿਬ ਨੇ ਉਹ ਰਿਪੋਰਟ ਦੇ ਉੱਪਰ ਐਕਸ਼ਨ ਲੈਂਦੇ ਹੋਏ ਉਹਨੂੰ ਸਸਪੈਂਡ ਕਰਤਾ। ਉਹ ਸਸਪੈਂਸ਼ਨ ਤੋਂ ਲੈ ਕੇ ਚੰਨੀ ਸਾਹਿਬ ਨੂੰ ਉਹਨੂੰ ਸੁਨੇਹਾ ਵੀ ਸੀਗਾ ਵੀ ਮੈਂ ਤੁਹਾਡੇ ਨਾਲ ਝੱਟ ਦੇਖੂੰਗਾ ਜਾਂ ਮੈਂ ਤੁਹਾਨੂੰ ਦੱਸੂੰਗਾ। ਅਤੇ ਇਹ ਜਿਹੜਾ ਕੇਸ ਬਣਾਇਆ ਗਿਆ ਇੱਕ ਤਬਦੀਲ ਮਲਕੀਅਤ ਦੀ ਰਜਿਸਟਰੀ ਦਾ, ਜਿਹਦੇ ਵਿੱਚ ਗੌਰਮੈਂਟ ਵੱਲੋਂ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਵੀ ਮਾਫ਼ ਹੈ। ਉਹ ਰਜਿਸਟਰੀ ਜੋ ਹਸਬੈਂਡ ਨੇ ਵਾਈਫ ਨੂੰ ਕਰਾਉਣੀ ਸੀ, ਉਹਦੇ ਵਿੱਚ ਇਹ ਕਿਹਾ ਗਿਆ ਕਿ ਚੰਨੀ ਸਾਹਿਬ ਨੇ 20,000 ਰੁਪਏ ਦੀ ਡਿਮਾਂਡ ਕੀਤੀ, ਜਿਹੜੀ ਕਿ ਕਿਸੇ ਦੇ ਵੀ ਗਲੇ ਨਹੀਂ ਉਤਰ ਰਹੀ। ਅਤੇ ਇਸ ਤੋਂ ਇਲਾਵਾ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਅਤੇ ਉਸ ਸਮੇਂ ਵੀ ਜੋ ਉੱਥੇ ਬੰਦੇ ਹਾਜ਼ਰ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੋਈ ਪੈਸੇ ਬਰਾਮਦ ਨਹੀਂ ਹੋਏ, ਟੇਬਲ ਦੇ ਉੱਪਰ ਪੈਸੇ ਸੀਗੇ ਅਤੇ ਉਹਨਾਂ ਦੇ ਪਿੱਛੇ ਹੱਥ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਦੇ ਵਿੱਚ ਜਿਹੜੇ ਕਾਨੂੰਗੋ ਦਾ ਜ਼ਿਕਰ ਤੁਸੀਂ ਕੀਤਾ, ਕਾਨੂੰਗੋ ਦੀ ਇਹਦੇ ਵਿੱਚ ਕੀ ਇਨਵੋਲਵਮੈਂਟ ਮੰਨਦੇ ਹੋ ਤੁਸੀਂ? ਕੀ ਉਹ ਸ਼ਿਕਾਇਤ ਕਰਤਾ ਹੈ ਕਾਨੂੰਗੋ ਦੇ, ਇਹਦੇ ਵਿੱਚ ਕੀ ਇਨਵੋਲਵਮੈਂਟ? ਜੋ ਉਹਨਾਂ ਦੇ ਪਰਿਵਾਰ ਵੱਲੋਂ ਇਹਦੇ ਲਿੰਕ ਨਿਰਧਾਰਿਤ ਕਰਕੇ ਦੱਸਿਆ ਗਿਆ ਕਿ ਜੋ ਸ਼ਿਕਾਇਤ ਕਰਤਾ ਹੈ, ਜੋ ਜਿਹਨੇ ਬੰਦਿਆਂ ਨੇ ਰਜਿਸਟਰੀ ਕਰਵਾਉਣੀ ਹੈ
ਉਹਨੇ ਲਿੰਕ ਤੇ ਜੋ ਬਿਜ਼ਨਸ ਦੇ ਵਿੱਚ ਕੋਈ ਮੁਲਾਜ਼ਮ ਨੇ ਉਹਨਾਂ ਦੇ ਲਿੰਕ ਉਹ ਸਾਰੇ ਐਸਟੈਬਲਿਸ਼ ਕਰਕੇ ਸਾਰੇ ਦੱਸ ਦਿੱਤੇ ਗਏ ਨੇ। ਉਹ ਜਿਹੜਾ ਸਸਪੈਂਡਡ ਕਾਨੂੰਗੋ ਹੈ ਉਹਦੇ ਨਾਲ ਐਸੋਸੀਏਟ ਨੇ, ਉਹ ਬਿਲਕੁਲ ਉਹਦੇ ਨਾਲ ਐਸੋਸੀਏਟ ਨੇ, ਉਹ ਸਾਰਾ ਦੱਸ ਦਿੱਤਾ ਹੈਗਾ। ਦੇਖੋ ਇਹਦੇ ਹੁਣ ਅਸੀਂ ਇਹੀ ਚਾਹ ਰਹੇ ਹਾਂ, ਜੇ ਸਾਡੇ ਪ੍ਰਧਾਨ ਜੀ ਦੇ ਖਿਲਾਫ ਇੱਕ ਵੀ ਸਬੂਤ ਮਿਲਦਾ ਅਸੀਂ ਉਹਨਾਂ ਦੇ ਨਾਲ ਬਿਲਕੁਲ ਨਹੀਂ ਹੈਗੇ। ਅਸੀਂ ਸਰਕਾਰ ਦੀ ਜ਼ੀਰੋ ਟੋਲਰੈਂਸ ਜੋ ਕਰਪਸ਼ਨ ਦੇ ਖਿਲਾਫ ਪਾਲਿਸੀ ਆ ਉਹਦਾ 100% 200% ਅਸੀਂ ਉਹਦਾ ਸਮਰਥਨ ਕਰਦੇ ਹਾਂ। ਪਰ ਜਦੋਂ ਕਿਸੇ ਬੰਦੇ ਦੀ ਰੰਜਿਸ਼ ਨੂੰ ਸੈਟੀਸਫਾਈ ਕਰਨ ਲਈ ਵਿਜੀਲੈਂਸ ਐਜ਼ ਏ ਟੂਲ ਕੰਮ ਕਰੇ ਉਹ ਬਰਦਾਸ਼ਤਯੋਗ ਨਹੀਂ ਹੈਗਾ। ਦੇਖੋ ਹੁਣ ਉਹ ਬੰਦੇ ਨੂੰ ਸਿਰਫ ਉਹ ਕੰਮ ਦੇ ਵਿੱਚ ਅੜਾ ਦੇਣਾ ਜਿਹਦੇ ਵਿੱਚ ਉਹਨੇ ਕੁਛ ਲਿਆ ਨਹੀਂ, ਕੋਈ ਡਿਮਾਂਡ ਨਹੀਂ ਕੀਤੀ, ਤੇ ਇਸ ਲਈ ਇਸ ਤਰੀਕੇ ਨਾਲ ਤਾਂ ਦੇਖੋ ਕੋਈ ਵੀ ਬੰਦਾ ਆਪਣਾ ਫਰੀ ਹੈਂਡ ਕੰਮ ਨਹੀਂ ਕਰ ਪਾਊਗਾ। ਤੁਹਾਨੂੰ ਲੱਗਦਾ ਹੈ ਕਿ ਇੱਕ ਕਾਨੂੰਗੋ ਦੇ ਕਹਿਣ ਤੇ ਵਿਜੀਲੈਂਸ ਏਡਾ ਵੱਡਾ ਜਿਹੜਾ ਇਹ ਫੈਸਲਾ ਲੈ ਸਕਦਾ? ਦੇਖੋ ਇਸੇ ਗੱਲ ਦੀ ਹੀ ਤਾਂ ਪੜਤਾਲ ਕਰਵਾਉਣੀ ਚਾਹੀਦੀ ਹੈ। ਅਸੀਂ ਕਹਿ ਰਹੇ ਹਾਂ ਇਹ ਗੱਲ, ਸਾਨੂੰ ਲੱਗਦਾ ਵੀ 100% ਇਹ ਗੱਲ ਹੈਗੀ, ਇਹ ਗੱਲ ਦੀ ਨਿਊਟਰਲ ਪੜਤਾਲ ਹੋਣੀ ਚਾਹੀਦੀ ਹੈ। ਨਿਊਟਰਲੀ ਪੜਤਾਲ ਹੋਵੇ ਤੇ ਪੜਤਾਲ ਹੋ ਕੇ ਜੋ ਵੀ ਰਿਜ਼ਲਟ ਆਉਂਦਾ ਸਾਨੂੰ ਮਨਜ਼ੂਰ ਹੋਏਗਾ। ਸਾਡੇ ਆਫੀਸਰ ਦਾ 1% ਵੀ ਜੇ ਕਿਤੇ ਸਾਨੂੰ ਮਿਲਦਾ ਵੀ ਹਾਂ ਉਹਦੀ ਆਹ ਇਨਵੋਲਵਮੈਂਟ ਹੈਗੀ ਹੈ, ਅਸੀਂ ਬਿਲਕੁਲ ਵੀ ਪ੍ਰਦਰਸ਼ਨ ਨਹੀਂ ਕਰਦੇ, ਅਸੀਂ ਆਪਣੇ ਕੰਮਾਂ ਦੇ ਉੱਪਰ ਵਾਪਸ ਪਹੁੰਚਾਂਗੇ। ਪਰ ਵਿਜੀਲੈਂਸ ਇਸ ਤੇ ਇਨਕੁਆਇਰੀ ਕਰ ਰਿਹਾ, ਤੁਸੀਂ ਉਹਨਾਂ ਦੀ ਇਨਕੁਆਇਰੀ ਤੇ ਸੈਟੀਸਫਾਈ ਨਹੀਂ ਹੈਗੇ, ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪਹਿਲਾਂ ਹੀ ਰਿਲੀਜ਼ ਕਰ ਦੇਣਾ ਚਾਹੀਦਾ? ਨਹੀਂ, ਉਹ ਇਹ ਪੁਆਇੰਟ ਤੇ ਇਨਕੁਆਇਰੀ ਨਹੀਂ ਕਰ ਰਹੇ। ਉਹ ਤਾਂ ਹੁਣ ਉਹ ਕਹਿੰਦੇ ਵੀ ਸਾਨੇ ਰੈਡ ਹੈਂਡਡ ਫੜ ਲਿਆ, ਅਸੀਂ ਕੇਸ ਤਿਆਰ ਕਰ ਰਹੇ ਹਾਂ ਅੱਗੇ। ਜਿਹੜੇ ਐਂਗਲ ਅਸੀਂ ਦੱਸ ਰਹੇ ਹਾਂ ਉਹ ਐਂਗਲਸ ਦੇ ਉੱਪਰ ਨਹੀਂ ਉਹ ਪੜਤਾਲ ਕਰ। ਤੁਸੀਂ ਚਾਹੁੰਦੇ ਹੋ ਕਿ ਜੋ ਮਾਮਲਾ ਦਰਜ ਕੀਤਾ ਉਸ ਨੂੰ ਰੱਦ ਕਰਕੇ ਉਹਨਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ? ਬਿਲਕੁਲ ਜੀ, ਦੇਖੋ ਮੈਂ ਪਹਿਲਾਂ ਵੀ ਇਨਕੁਆਇਰੀ ਤਾਂ ਕਰੇਗਾ ਨਾ ਵਿਜੀਲੈਂਸ ਜਾਂ ਫਿਰ ਡਿਪਾਰਟਮੈਂਟ ਤਾਂ ਇਨਕੁਆਇਰੀ? ਬਿਲਕੁਲ ਜੀ, ਇਨਕੁਆਇਰੀ ਹੋਣੀ ਚਾਹੀਦੀ ਹੈ। ਅੱਜ ਸਾਡੇ ਨੁਮਾਇੰਦਾਗਣ ਉੱਥੇ ਗਏ ਨੇ ਮੀਟਿੰਗ ਕਰਨ, ਮੀਟਿੰਗ ਦੇ ਵਿੱਚ ਕੋਈ ਕੰਕਰੀਟ ਡਿਸੀਜਨ ਆਵੇ ਤਾਂ ਅਸੀਂ ਕੋਈ ਗੱਲ ਨਹੀਂ, ਸਟ੍ਰਾਈਕ ਵਾਪਸ ਲੈਣ ਨੂੰ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਇਹ ਸਟ੍ਰਾਈਕ ਕਿਸ ਰੂਪ ਦੇ ਵਿੱਚ ਹੋਊਗੀ? ਤੁਹਾਡੇ ਪ੍ਰੈਜ਼ੀਡੈਂਟ ਸੀਗੇ ਸੁਖਚਰਨ ਸਿੰਘ, ਜਿਹੜੇ ਸੁਖਚਰਨ ਸਿੰਘ ਚੰਨੀ ਸਾਡੇ ਸਟੇਟ ਪ੍ਰੈਜ਼ੀਡੈਂਟ ਸੀਗੇ ਜੀ, ਹੁਣ ਸਾਡੇ ਕੋ ਪ੍ਰੈਜ਼ੀਡੈਂਟ ਸਰਦਾਰ ਲਛਮਣ ਸਿੰਘ ਜੀ ਇਹਨੂੰ ਲੀਡ ਕਰ ਰਹੇ ਨੇ, ਜਨਰਲ ਸੈਕਟਰੀ ਮਨਿੰਦਰ ਜੀ ਲੀਡ ਕਰ ਰਹੇ ਨੇ, ਉਹ ਮੀਟਿੰਗ ਤੇ ਗਏ ਨੇ ਤੇ ਮੀਟਿੰਗ ਤੋਂ ਵਾਪਸ ਆਉਣ ਉਪਰੰਤ ਜੋ ਫੈਸਲਾ ਲੈਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰੋਟੈਸਟ ਜਿਹੜਾ ਹੈ ਉਹ ਸਖਤ ਰੂਪ ਧਾਰਨ ਕਰ ਸਕਦਾ? ਬਿਲਕੁਲ ਜੀ, ਧਾਰਨ ਕਰ ਸਕਦਾ। ਤਾਂ ਸਿੱਧੇ ਤੌਰ ਤੇ ਦਾਅਵਾ ਇਸ ਗੱਲ ਦਾ ਹੈ ਕਿ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਸੁਖਚਰਨ ਸਿੰਘ ਚੰਨੀ ਉਹ ਇਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸੀ ਔਰ ਉਹਨਾਂ ਨੂੰ ਹੀ ਅਰੈਸਟ ਕਰ ਲਿਆ ਗਿਆ ਔਰ ਸਿੱਧੇ ਤੌਰ ਤੇ ਦਾਅਵਾ ਤਹਿਸੀਲਦਾਰਾਂ ਦਾ ਇਹੋ ਹੀ ਹੈ ਕਿ ਉਹਨਾਂ ਨੂੰ ਇੱਕ ਪਲੋਟਡ ਕੇਸ ਦੇ ਵਿੱਚ ਇੱਕ ਕਾਨੂੰਗੋ ਦੀ ਪਰਸਨਲ ਰੰਜਿਸ਼ ਦੇ ਚੱਲਦਿਆਂ ਅਰੈਸਟ ਕੀਤਾ ਗਿਆ। ਫਿਲਹਾਲ ਇਹ ਮਾਮਲਾ ਜਿਹੜਾ ਹੈ ਇਹ ਜਾਂਚ ਅਧੀਨ ਹੈ, ਇਸ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ। ਆਪਣੇ ਸਹਿਯੋਗੀ ਹੈਰੀ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਮੋਹਾਲੀ।